ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਵਾਗਤ ਹੈ ਤੁਹਾਡੇ ਹੋਰ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਸੋ ਦੀਪੇ ਦਾ ਰੋਲਾ ਤਾਂ ਪਤਾ ਨਹੀਂ ਕੀ ਸੀ, ਹਜੇ ਚੱਲੀ ਜਾਂਦਾ। ਸੋ ਗਾਂ ਕਰਾਂ ਗੱਲ, ਹੁਣ ਆਪਾਂ ਅੱਜ ਗੱਲ ਕਰਾਂਗੇ ਐਂਜਲ ਦੀ। ਐਂਜਲ ਦੀ ਬਾਤ ਵਾਲੀ ਗੱਲ ਕਰ ਲਈ, ਪਰ ਹੁਣ ਸ਼ਿਵਮ ਏਅਰਪੋਰਟ ਦੀ ਧਰਤੀ 'ਤੇ ਪੈਰ ਪਾ ਚੁੱਕਿਆ ਅਤੇ ਫਾਈਨਲੀ ਕੱਲ੍ਹ ਨੂੰ ਵਲੋਗ ਆਈ ਜਾਣਾ ਇਹਨਾਂ ਦਾ। ਸੋ ਇਹਨੇ ਜੇ ਪਹਿਲਾਂ ਤਿਆਰੀਆਂ ਖਿੱਚ ਲਈਆਂ ਤਾਂ ਆਪਾਂ ਵੀ ਪਹਿਲਾਂ ਤਿਆਰੀਆਂ ਖਿੱਚ ਲਈਏ। ਇਹ ਵੀ ਕਹਿੰਦੇ ਹੋਣੇ ਪਹਿਲਾਂ ਹੀ ਬਹਿ ਜਾਂਦਾ ਪਤੰਦਰ ਪ੍ਰੋਗਰਾਮ ਖੋਲ੍ਹ ਕੇ ਆਪਦਾ, ਹਾਲੇ ਸਾਡਾ ਵਲੋਗ ਅਪਲੋਡ ਨਹੀਂ ਹੋਇਆ ਹੁੰਦਾ। ਸੋ ਤਿਆਰੀਆਂ ਕਰ ਲਈਆਂ ਸ਼ੁਰੂ ਨੇ, ਆਓ ਦੇਖੀਏ ਇੰਜਨ ਨੇ ਕਿੱਡਾ ਕੁ ਟੈਂਟ ਲਵਾਇਆ ਅਤੇ ਕਿੰਨੇ ਕੁ ਹਲਵਾਈ ਆ ਕੇ ਬਹਿ ਗਏ ਆ, ਅਤੇ ਬੰਗਾਲੀ ਟੈਂਟ ਲੱਗਿਆ ਕਿ ਦੂਜਾ ਲੱਗਿਆ, ਚੈੱਕ ਕਰੀ ਨਾ ਮਾੜਾ ਜਿਹਾ ਸ਼ਿਵਮ। ਫਿਰ ਢੋਲ ਨਾਲ ਆਊਗਾ ਕਿ ਬੈਂਡ ਬਾਜੇ ਨਾਲ? ਤਿਆਰੀਆਂ ਤਿਉਰੀਆਂ ਤਕੜੀਆਂ ਕਰੀ ਜਾਂਦੇ, ਜਿਵੇਂ ਬਰਾਕ ਓਬਾਮਾ ਆਉਣਾ ਹੁੰਦਾ ਪੁੱਛਣ ਵਾਲਾ ਹੋਵੇ, ਸ਼ਿਵਮ ਹੀ ਆਉਣਾ ਭਰਾਵਾ, ਲੱਛਣ ਨਹੀਂ ਸੂਤ ਆਉਂਦੇ। ਕਰਾਈ ਯਾਰ ਸ਼ੁਰੂ, ਵੇਖਦੇ ਹਾਂ। ਟਰਨਾ ਆ ਗਿਆ। ਕੈਨੇਡਾ ਚ ਸਲੂਨ ਹੈ ਨੀ ਜਿਹੜੇ ਲਾ ਦਿੰਦੇ ਕਿ ਸੱਚੀ ਫੈਸ਼ਨ, ਐ ਸਾਰੇ ਵਾਲ ਵਾਹ ਲੈਣਗੀਆਂ, ਦੋ ਲੱਟਾਂ ਬਾਹਰ ਸਿੱਟ ਲੈਣਗੀਆਂ। ਇਹ ਪਤਾ ਨਹੀਂ ਕਿੱਥੋਂ ਦਾ ਰਿਵਾਜ ਹੈ, ਸਾਡੇ ਵਾਲੇ ਪਾਸੇ ਤਾਂ ਜਲੂਸ ਆਖਦੇ ਇਹਨੂੰ। ਕਮਾਲ ਦੀ ਗੱਲ ਹੈ, ਮਾਡਲ ਹੀ ਬਣ ਗਈ ਜਦੋਂ ਸ਼ਿਵਮ ਆ ਗਿਆ। ਪਹਿਲਾਂ ਤਾਂ ਵਧਾਈਆਂ ਸ਼ਿਵਮ ਆ ਗਿਆ, ਦੂਜੀਆਂ ਵਧਾਈਆਂ ਬਾਥਰੂਮ ਦਾ ਸ਼ੀਸ਼ਾ ਛੱਡਿਆ, ਅਲਮਾਰੀ ਵੀ ਲੈ ਲਈ ਕਿ ਸ਼ਿਵਮ ਨਾਲ ਲੈ ਕੇ ਆਇਆ। ਸਤਿ ਸ਼੍ਰੀ ਅਕਾਲ ਤਾਂ ਕਰ, ਅੱਜ ਨਹੀਂ ਮੀਨਸ ਕਿ ਕੱਲ੍ਹ, ਬਟ ਕੱਲ੍ਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸ਼ਿਵਮ ਦੀ ਫਲਾਈਟ ਹੈਗੀ ਆ, ਅਤੇ ਕੱਲ੍ਹ ਸ਼ਿਵਮ ਨੇ ਇੱਥੇ ਅਰਲੀ ਮੋਰਨਿੰਗ 7 ਵਜੇ ਪਹੁੰਚ ਜਾਣਾ। ਮਤਲਬ ਕੱਲ੍ਹ ਦਾ ਦਿਨ ਤਾਂ ਮੇਰੇ ਕੋਲ ਹੈਗਾ ਨਹੀਂ ਨਾ ਕੋਈ ਵੀ ਤਿਆਰੀ ਕਰਨ ਨੂੰ। ਇੱਕ ਗੱਲ ਕਰਨ 'ਤੇ 6 ਕੱਟ ਕਿਉਂ? ਕੱਲ੍ਹ ਸ਼ਿਵਮ ਨੇ ਅਰਲੀ 7 ਵਜੇ ਨਾਲ ਹੀ ਆ ਜਾਊਗਾ ਕਿ ਤੜਕੇ ਤੜਕੇ? ਓਏ ਹੋਏ ਹੋਏ। ਸੋ ਮੈਂ ਕੰਟੀਨਿਊਸਲੀ ਸ਼ਿਫਟ ਕਰਦੀ ਪਈ ਸੀਗੀ, ਤੁਸੀਂ ਮੇਰੇ ਸਾਰੇ ਵਲੋਗ ਦੇਖੇ, ਮੈਂ ਟੀਮ ਦੀ ਯੂਨੀਫਾਰਮ 'ਚ ਹੁੰਦੀ ਸੀ। ਸੋ ਅੱਜ ਫਾਈਨਲੀ ਮੈਂ ਛੁੱਟੀ ਲਿੱਤੀ ਹੈ, ਕਿਉਂਕਿ ਛੁੱਟੀ ਅੱਜ ਬਹੁਤ ਜ਼ਰੂਰੀ ਸੀ ਲੈਣੀ, ਅਤੇ ਮੈਂ ਛੁੱਟੀ ਨਾ ਲਈ ਅੱਜ ਵੀ ਸਾਰੇ ਕੰਮ ਨਹੀਂ। ਸਹੀ ਗੱਲ, ਬਹੁਤ ਸਾਰੇ ਕੰਮ ਆ, ਬਹੁਤ ਜ਼ਿਆਦਾ ਤਿਆਰੀਆਂ ਕਰਨ ਵਾਲੀ। ਸਹੀ ਗੱਲ, ਜੇ ਛੁੱਟੀਆਂ ਲੈਂਦੀ ਤਾਂ ਹਲਵਾਈਆਂ ਕੋਲ ਖੜਦਾ ਕੰਟੈਂਟ ਦਾ ਕੰਮ, ਫਿਰ ਉੱਤੋਂ ਬਰਾਤੀ ਵੀ ਆਉਣ ਵਾਲੇ ਆ, ਟੋਕਰੀ ਲੈ ਖੜਨਾ ਪਊ ਲੱਡੂਆਂ ਦੀ, ਤੇਲ ਵੀ ਚੋਣਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬਹੁਤ ਕੁਛ ਕਰਨਾ ਪੈਣਾ ਕੰਮ ਤੋਂ। ਵੈਸੇ ਕਮਾਲ ਦੀ ਗੱਲ ਹੈ, ਕੈਨੇਡਾ 'ਚ ਵੀ ਤੇਲ ਚੋਈ ਹੁੰਦੇ, ਉਹ ਪਿੰਡਾਂ 'ਚ ਰਿਵਾਜ਼ ਸ਼ੁਰੂ ਹੋਇਆ ਸੀ ਭਰਾਵਾ, ਐਵੇਂ ਬੂਹਿਆਂ 'ਚ ਤੇਲ ਚੋਣ ਲੱਗ ਜਾਂਦੇ, ਜਿਹੜੀ ਚੀਜ਼ ਲਾਓ ਨਵੀਂ ਚੀਜ਼ ਤੇਲ ਚੋਏ, ਰਿਵਾਜ਼ ਵੈਸੇ ਅੱਧੇ ਕੀ ਕਹਾਂ, ਚੱਲ ਛੱਡ, ਸਮਝਾਇਆ ਸੀ ਮੈਂ ਕਿਉਂ ਸੀ। ਫਰੈਂਡ ਘਰੇ ਆਏ ਸੀਗੇ, ਕਿਉਂਕਿ ਮੇਰੀ ਫਰੈਂਡ ਨੇ ਮੇਰੇ ਨਾਲ ਜਾਣਾ, ਉਹ ਸਾਰੀਆਂ ਆਪਾਂ ਪ੍ਰੈਪਰੇਸ਼ਨਸ ਕਰਨੀਆਂ ਵਾ ਅੱਜ ਦੇ ਵਲੌਗ। ਮੈਂ ਸੋਚਿਆ ਤੂੰ ਅਲਮਾਰੀ ਲੈ ਲਈ, ਦੱਸ ਵਧਾਈਆਂ ਵਾਪਸ ਕਰ ਮੇਰੀਆਂ, ਫਰੈਂਡ ਘਰੇ ਆਏ ਸੀ ਜੀ। ਚਲੋ ਬਖਸ਼ਦੀ ਨਹੀਂ ਕਿਸੇ ਨੂੰ ਵੀ, ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ, ਅਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ, ਕੋਈ ਵਲੌਗ ਨਹੀਂ ਜਿਹਦੇ 'ਚ ਅਸੀਂ ਐਂਡ ਤੱਕ ਨਹੀਂ ਜੁੜੇ, ਸਾਰੇ ਵਲੌਗਾਂ 'ਚ ਜੁੜੇ ਹੁੰਦੇ ਹਾਂ ਐਂਡ ਤੱਕ। ਮੈਨੂੰ ਸਮਝ ਨਹੀਂ ਆਉਂਦੀ ਜਾਦੂਗਰ ਸਮਰਾਟ ਮੰਗਲ ਤਾਰਾ ਵੀ ਐਂਡ 'ਤੇ ਜਾ ਕੇ ਪਤਾ ਲੱਗੂਗਾ ਇੱਥੋਂ ਗੈਪ ਹੋ ਕੇ ਪਿੱਛੋਂ ਦੀ ਕਿਵੇਂ ਆਇਆ, ਉਹ ਐਂਡ 'ਤੇ ਜਦੋਂ ਹੁੰਦਾ ਨਾ ਉਸ ਹਿਸਾਬ, ਐਂਡ ਤੱਕ ਜੁੜੇ ਰਹੋ, ਐਂਡ ਤੱਕ ਜੁੜੇ ਰਹੋ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਮੈਂ ਪਹਿਲਾਂ ਹੀ ਲੱਗ ਜਾ ਕਰਾਂ, ਮੇਰਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਸਬਸਕ੍ਰਾਈਬ ਕਰਕੇ ਜਾਇਓ। ਵਾਹ, ਆਪਾਂ ਕੁਝ ਖਾ ਲੈਂਦੇ ਕਿਉਂਕਿ ਆਪਾਂ ਸਾਰਾ, ਹੁਣੇ ਪੌਜ਼ ਕਰਕੇ ਸਬਸਕ੍ਰਾਈਬ ਕਰੋ ਪਹਿਲਾਂ, ਸਾਨੂੰ એનર્ਜੀ ਵੀ ਚਾਹੀਦੀ ਆ ਪਹਿਲਾਂ ਆਪਾਂ। ਤੁਹਾਨੂੰ ਐਂਜਲ ਦੀ ਸੌਂ, ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆ, ਤੇ ਆਪਾਂ ਦੱਸਦੇ ਆ ਮੈਂ ਕੀ ਕੀ ਪ੍ਰੈਪਰੇਸ਼ਨਸ ਕਰਨੀ ਆ। ਦਿਨ ਮੈਨੂੰ ਛੋਟਾ ਲੱਗਦਾ ਪਿਆ ਤੇ ਕੰਮ ਜ਼ਿਆਦਾ ਲੱਗਦੇ ਪਏ ਆ, ਤੇ ਪਲੱਸ ਇੱਕ ਹੋਰ ਚੀਜ਼, ਇੱਥੇ ਨਾ ਸਭ ਕੁਝ ਜਲਦੀ ਬੰਦ ਹੋ ਜਾਂਦਾ, ਮਾਲਸ ਵਗੈਰਾ ਗੱਲਾਂ ਤੇ ਐਂ ਮਾਰਦੀ ਜੀ ਜੱਟ ਪ੍ਰਭਜੋਤ ਹੁੰਦਾ, ਦਿਨ ਮੈਨੂੰ ਛੋਟਾ ਲੱਗਦਾ ਕੰਮ ਜ਼ਿਆਦਾ ਲੱਗਦੇ ਆ। ਕੰਮ ਨੂੰ ਕੀ ਯਾਰ, ਤਿਆਰੀਆਂ ਖਿੱਚਣੀਆਂ, ਦੱਸ ਇੱਕ ਤਿੰਨ ਦੇ ਚੋਚਲੇ ਨਹੀਂ ਮੁੱਕਦੇ, ਕੀ ਕਹਾਂ ਹੁਣ ਮੈਂ। ਇੰਨਾ ਤਾਂ ਬੰਦੇ ਨੇ ਕੈਨੇਡਾ 'ਚ ਮਿਹਨਤ ਨਹੀਂ ਕੀਤੀ ਜਿੰਨੇ ਇਹਨੇ ਗੁੱਡੇ ਲੈ ਲਏ, ਇੰਨੀਆਂ ਤਾਂ ਦਿਹਾੜੀਆਂ ਲਾਈਆਂ ਹੋਣੀਆਂ 10-10 ਸਾਲਾਂ 'ਚ ਕਿਸੇ ਬੰਦੇ ਨੇ, ਮਿਹਨਤੀ ਬੰਦੇ ਨੇ ਜਿੰਨੇ ਇਹਨੇ ਕੋਲ ਗੁੱਡੇ ਆ, ਟੈਡੀ ਬੀਅਰ ਹੀ ਖਰੀਦੀ ਜਾਂਦੀ, ਪਤਾ ਨਹੀਂ ਕੀ ਫੂਸ ਭਰ ਵੇਚੂਗੀ ਉਹਨਾਂ 'ਚ। ਤਿਆਰੀ ਕਰਨੀ, ਵੇਖਦੇ ਹਾਂ ਕਿੰਨਾ ਬਿਜ਼ੀ ਸਕੈਡਿਊਲ ਹੈ ਇਹਦਾ, ਜਲਦੀ ਬੰਦ ਹੋ ਜਾਂਦਾ ਮਾਲਸ ਵਗੈਰਾ, ਜਿਵੇਂ 7 ਵਜੇ 7:30-8 ਵਜੇ ਤੱਕ ਹੱਦ ਬੰਦ ਹੋ ਜਾਂਦੇ। 7-8 ਵਜੇ ਤੱਕ ਬੰਦ ਹੋ ਜਾਂਦੇ ਮਾਲ, ਕੀ ਗੱਲ, ਸ਼ਿਵਮ ਨੇ ਮਾਲ 'ਚ ਉਤਰਨਾ? ਅੱਛਾ ਤਿਆਰੀ ਕਰਨੀ ਹੈ ਨਾ, ਟੈਂਟ ਮਾਲਾਂ 'ਚ ਮਿਲਣ ਲੱਗ ਗਏ ਕਿ ਸਾਨੂੰ ਸਾਰੇ ਕੰਮ ਨੂੰ ਬੇਨ ਨਹੀਂ ਪੈਣਾ। ਅੱਜ ਆਪਾਂ ਬ੍ਰੇਕਫਾਸਟ ਕਰਨ ਲੱਗੇ ਆ ਕੌਰਨਫਲੇਕਸ ਦਾ, ਓਏ ਹੋਏ, ਕੁੜੀ ਨੇ ਕਿਹਾ ਕਿ ਕੁਛ ਡਾਈਟਿੰਗ ਵਾਲੀ ਚੀਜ਼ ਖਾਂਦੇ ਆ। ਚਲੋ ਆ ਕੁੜੀ ਕੁਛ ਬਣਾਉਣ ਦਾ ਟਾਈਮ ਹੀ ਹੈਗਾ, ਅੱਛਾ ਬਣਾਉਣ ਦਾ ਟਾਈਮ ਵੀ ਨਹੀਂ ਹੈਗਾ ਤੇ ਬਣਾਉਣ ਦਾ ਜੀ ਵੀ ਨਹੀਂ ਕਰਦਾ। ਸਭ ਤੋਂ ਪਹਿਲਾਂ ਆਪਾਂ ਆਏ ਆ ਗਿਲਫਰਡ ਮਾਲ, ਮੈਂ ਤੇ ਕੁੜੀ, ਤੇ ਆਪਾਂ ਵਾਲ ਨਾ ਲੈ ਦੇ ਉਹਦਾ, ਮੈਂ ਤੇ ਆ ਕੁੜੀ, ਊਂ ਤਾਂ ਦੀਦੀਆਂ ਦੀਦੀਆਂ ਕਰਦੀ ਰਹਿੰਦੀ ਆ। ਮੈਨੂੰ ਲੱਗਦਾ ਇੱਕ ਪੇਜ ਤੇ ਦੋ ਆਣਗੇ,
पट्टी टंगी जाओ वड्डी फोटो टंगी नहीं जानी ਇਹ ਕੀ ਮੈਨੂੰ ਦੱਸਿਓ ਮਾੜਾ ਜਿਹਾ ਕੈਨੇਡਾ ਵਾਲੇ ਵੀ ਇਹ ਟ੍ਰੈਂਡ ਆ ਤੁਹਾਡੇ ਵੀ ਧਾਗੇ ਤੇ ਆ ਫੋਟੋ ਲਾ ਕੇ ਕੁੰਡੀਆਂ ਨਾਲ ਜਿਵੇਂ ਛੋਟੇ ਕੱਚੇ ਸੁੱਕਣੇ ਨਹੀਂ ਪਾਏ ਹੁੰਦੇ ਜਵਾਕਾਂ ਦੇ ਲੰਗੋਟ ਉਹ ਹਿਸਾਬ ਚੱਲਦਾ ਉੱਥੇ ਇਹ ਕੀ ਚੱਕਰ ਹੈ ਇੱਕ ਗੱਲ ਹੋਰ ਸੱਚ ਮੈਨੂੰ ਬੜੇ ਜਣੇ ਆਖਦੇ ਬਾਈ ਤੇਰੀ ਆਵਾਜ਼ ਤਾਂ ਸਹੀ ਹੁੰਦੀ ਹੈ ਵਲੋਗਰਾਂ ਦੀ ਆਵਾਜ਼ ਘੱਟ ਆਉਂਦੀ ਹੈ ਉਹ ਕੀ ਕਰਾਂ ਭਰਾਵਾ ਜਿੰਨੇ ਆਵਾਜ਼ ਚੰਨ ਦੇ ਵਲੋਗ ਹੁੰਦੇ ਮੈਂ ਡਬਲ ਆਵਾਜ਼ ਕਰਕੇ ਅਪਲੋਡ ਕਰਕੇ ਆਪਦੀ ਵੀਡੀਓ 'ਚ ਐਡ ਕਰਦਾ ਫਿਰ ਵੀ ਨਾ ਇਹਨਾਂ ਨੂੰ ਮਾਈਕ ਲੈ ਕੇ ਦੇਣ ਵਾਲੇ ਆ ਗਲੋਸੀ ਗਲੋਸੀ ਕਢਾਊਗੀ ਫੋਟੋਆਂ ਸ਼ਿਵਮ ਦੇ ਦੇ ਦੀਆਂ ਹਜੇ ਤੱਕ ਇਹਨਾਂ ਦੇ ਰਿਵਾਜ ਹੀ ਨਹੀਂ ਮੁੱਕੇ ਦੱਸ ਯਾਰ ਹੱਲ ਹੈ ਵਿਆਹ ਵਾਲੀ ਵੀ ਕਢਾ ਲਈ ਕੈਨਵਸ 'ਚ ਚਾਹੀਦਾ ਇਦਾਂ ਕਿ ਇਦਾਂ ਫਰੇਮ ਕੈਨਵਸ ਚਾਹੀਦਾ ਆਪਾਂ ਨੂੰ ਪੋਸਟਰ ਵਾਲਾ ਨਹੀਂ ਚਾਹੀਦਾ ਕਿਉਂਕਿ ਉਹ ਐ ਸ਼ੇਪ ਹੋ ਜਾਣੀ ਚਾਹੀਦੀ ਹੈ ਹਾਂ ਫਰੇਮ ਕੈਨਵਸ ਸਾਰਾ ਫੋਟੋਆਂ ਕਢਾਈਆਂ ਤੇ ਪੈਸੇ ਸਾਡੇ ਥੋੜੇ ਲੱਗੇ ਬਾਅਦ 'ਚ ਚੱਕ ਲਈ ਸਮਾਨ ਮਤਲਬ $2.80 ਲੱਗੇ ਆ ਤੇ ਸਹੀ ਆ ਉੱਪਰੋਂ ਹੁਣ ਪਰ ਆਪਾਂ ਕੁਆਲਿਟੀ ਵਾਈਜ਼ ਦੇਖਾਂਗੇ ਦੇ ਅੰਦਰ ਇਲੈਕਟ੍ਰੋਨਿਕ ਡਿਪਾਰਟਮੈਂਟ 'ਚ ਨਿਕਲ ਜਾਂਦੀਆਂ ਵਾ ਸੋ ਜਿਹੜੇ ਇੱਥੇ ਨਿਊ ਆਣਗੇ ਉਹਨਾਂ ਵਾਸਤੇ ਆ ਕਿ ਤੁਸੀਂ ਇੱਥੇ ਆ ਕੇ ਕਢਵਾ ਸਕਦੇ ਹੋ ਇਨਫੋਰਮੇਸ਼ਨ ਬਲੌਗ ਦਿੱਤਾ ਬਾਈ ਨਾਈਸਨੈਸ ਸੀ ਜੇ ਦੋ ਤਿੰਨ ਚੀਜ਼ਾਂ ਰਹਿ ਗਈਆਂ ਉਹ ਆਪਾਂ ਲੈ ਲਈਆਂ ਹੁਣ ਇੰਨਾ ਇੰਨਾ ਦੁੱਧ ਕੇ ਲਿਆ ਸ਼ਿਵਮ ਨੇ ਆ ਕੇ ਨਵਾਉਣਾ ਆ ਕੇ ਬਾਲਟੀ 'ਚ ਪਾ ਕੇ ਸ਼ਿਵਮ ਦੀ ਹਲਦੀ ਤਾਂ ਨਹੀਂ ਕਿਤੇ ਐਡਾ ਦੁੱਧ ਦਾ ਥੱਲਾ ਚੱਕ ਲੰਡਨ ਡਰੱਗਸ ਨਸ਼ੇ ਕਰਨ ਲੱਗ ਗਈਆਂ ਅੱਛਾ ਲੰਡਨ ਡਰੱਗਸ ਥੋੜਿਆ ਸਮਾਨ ਲੈਣਾ ਸੀ ਤੇ ਪਲੱਸ ਮੈਂ ਕਿਹਾ ਕੰਪਸ ਕਾਰਡ ਇੱਥੇ ਬੀਡੀ ਸਿਗਰਟਾਂ ਮਿਲਦੀਆਂ ਹੋਣਗੀਆਂ ਬਾਅਦ ਚ ਔਖੇ ਹੋਵਾਂਗੇ ਲੰਡਨ ਡਰੱਗਸ ਤੋਂ ਮਿਲ ਗਿਆ ਕੰਪਸ ਕਾਰਡ ਕੀ ਲੈ ਲਿਆ ਉਹ ਕੀ ਹੁੰਦਾ ਬਲੂਨਸ ਸਾਨੂੰ ਨਹੀਂ ਨਹੀਂ ਪਤਾ ਯਾਰ ਸਾਨੂੰ ਆਪਾਂ ਨੂੰ ਡਾਲਰਾਮਾ ਹੀ ਜਾਣਾ ਪੈਣਾ ਅੱਛਾ ਬਲੂਨਸ ਲੈਣ ਮੈਂ ਇੱਕ ਚੀਜ਼ ਵੇਖੀ ਹੈ ਇਹਨਾਂ 'ਚ ਕਿਸੇ ਦਾ ਵੀ ਜਨਮ ਦਿਨ ਹੋਵੇ ਐਨਵਰਸਰੀ ਹੋਵੇ ਜਾਂ ਉਹੀ ਕਿਸੇ ਦਾ ਕੋਈ ਖੁਸ਼ੀ ਦਾ ਦਿਨ ਹੋਵੇ ਇਹ ਗੁਬਾਰੇ ਫਲਾ ਲੈਂਦੇ ਆ ਤੇ ਜੇ ਸਪੈਸ਼ਲ ਦਿਨ ਹੋਵੇ ਫਿਰ ਚਿੱਟੇ ਤੇ ਲਾਲ ਗੁਬਾਰੇ ਕੰਬੋ ਹੁਣ ਇਧਰੋਂ ਦੀ ਬੈਸਟ ਡੇ ਲੈਣੇ ਆ ਅੱਛਾ ਵਾਈਟ ਤਾਂ ਮਿਲ ਗਈ ਹੀ ਰੈੱਡ ਲੈਣੇ ਆ ਵਾਈਟ ਰੈੱਡ ਦਾ ਕੰਬੀਨੇਸ਼ਨ ਕੀ ਕਿਹਾ ਸੀ ਮੈਂ ਵਿੱਚੋਂ ਕਦੇ ਵੀ ਖਰਾਬ ਮੰਨ ਲਓ 1% ਜੇ ਕੰਬੀਨੇਸ਼ਨ ਨਾ ਹੋਇਆ ਫਿਰ ਕੀ ਹੋਣਾ ਨਹੀਂ ਮਤਲਬ ਸੈਲੀਬ੍ਰੇਟ ਨਹੀਂ ਹੋਣਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾਰਮਲ ਵੇਚ ਦੱਸ ਦੋ ਪੁੱਛਦਾ ਮੈਂ ਦੱਸਦਾ ਤੁਹਾਨੂੰ ਪੁੱਛਦਾ ਮੈਂ ਯਾਰ ਸਾਲਾ ਮੈਂ ਆਪਦੇ ਜਨਮਦਿਨ 'ਤੇ ਜ਼ਿੰਦਗੀ 'ਚ ਕਦੇ ਗੁਬਾਰੇ ਨਹੀਂ ਲਾਏ ਅਤੇ ਸ਼ਿਵਮ ਦਾ ਵੈਲਕਮ ਇਹ ਫਿਰ ਆਖਣਗੇ ਤੈਨੂੰ ਕੀ ਪਤਾ ਪਿਆਰ ਕੀ ਹੁੰਦੇ ਹਾਂ ਤਾਂ ਥੱਥੇ ਆ ਸਾਨੂੰ ਪਤਾ ਨਹੀਂ ਪਿਆਰ ਕੀ ਹੁੰਦਾ ਇਹਨਾਂ ਦੇ ਸੈਲੀਬ੍ਰੇਸ਼ਨ 'ਤੇ ਪਿਆਰ ਹੀ ਗੁਬਾਰਿਆਂ 'ਚ ਪਿਆ ਆਲੇ ਸੈਲੀਬ੍ਰੇਸ਼ਨ ਅੱਛਾ ਬਟ ਆਪਾਂ ਤਾਂ ਨੀਚੇ ਕਰਨੇ ਆ ਨਾ ਨੀਚੇ ਕਰਨੇ ਆ ਮਿਲ ਜਾਂਦੇ ਆ ਗਿਲਫਰ ਸਾਨੂੰ ਨਹੀਂ ਮਿਲੇ ਆਪਸ਼ਨ ਨਹੀਂ ਸੀ ਹੈਗੀ ਰੈੱਡ ਰੋਜ਼ਸ ਹੀ ਚਾਹੀਦੇ ਆ ਤੇ ਉੱਥੇ ਰੰਗ ਬਰੰਗੇ ਜਿਹੇ ਫਲਾਵਰ ਸੀਗੇ ਵੈਸੇ ਬੜਾ ਰਿਵਾਜ ਚੱਲਿਆ ਨਾ ਏਅਰਪੋਰਟਾਂ ਤੇ ਆ ਭੱਜੇ ਜਾਣਾ ਜਿਵੇਂ ਨਾ 15 ਸਾਲ ਹੋ ਗਏ ਹੁੰਦੇ ਵਿਛੜਿਆਂ ਨੂੰ ਪਤਾ ਨਹੀਂ ਯਾਰ ਬਾਕੀ ਪਿਆਰ ਹੋਣਗੇ ਯਾਰ ਗੂੜੇ ਹੋਣਗੇ ਆ ਬੁੱਕੇ ਦੇਖੋ ਫਿਰ ਥੱਲੇ ਬੁੱਕ ਦੇਖ ਇਹ ਵੈਸੇ ਨਾ ਇਹਨੇ ਨਰੂਲਾ ਕੱਪਲ ਨੂੰ ਫੋਲੋ ਕੀਤਾ ਉਹ ਨਰੂਲਿਆਂ ਵਾਲੀ ਵੀ ਐਂ ਕਰਦੀ ਰਹੀ ਆ ਪਹਿਲਾਂ ਵਧੀਆ ਫਿਰਦੀ ਰਹੀ ਆ ਮਾਡਲ ਬਣ ਕੇ ਘੁੰਮਦੀ ਰਹੀ ਆ ਤੁਹਾਨੂੰ ਪਤਾ ਹੀ ਆ ਬਾਅਦ 'ਚੋਂ ਐਂਡ ਵਾਲੇ ਦਿਨ ਜਿੱਦੇ ਉਹਨੇ ਆਉਣਾ ਸੀ ਉਹਦੇ ਸੂਟ ਪਾ ਲਿਆ ਅਤੇ ਮਹਿੰਦੀ ਲਾਲ ਇਹਨੇ ਵੀ ਲਾਲ ਸੂਟ ਪਾ ਲਿਆ ਸੇਮ ਜਿੱਟੋ ਉਵੇਂ ਉਹਨੇ ਵੀ ਥੱਲੇ ਬਹਿ ਕੇ ਫੁੱਲ ਦਿੱਤੇ ਇਹਨੇ ਵੀ ਥੱਲੇ ਬਹਿ ਕੇ ਇਦੋਂ ਬਾਅਦ ਹੁਣ ਜੀਵਨ ਪ੍ਰਭ ਵੀ ਐਂ ਕਰੂਗੀ ਇਹ ਵੀ ਟ੍ਰੈਂਡ ਕਾਪੀ ਕਰਦੇ ਆ ਵਲੋਗਰ ਵਲੋਗਰ ਹੀ ਆ ਇੱਥੇ ਫਸਟ ਟਾਈਮ ਜਦੋਂ ਮੈਂ ਕੈਨੇਡਾ ਆਈ ਸੀ ਨਾ ਮੈਂ ਪਹਿਲੇ ਦਿਨ ਅਗਲੇ ਦਿਨ ਨਾ ਸੈਂਟਰਲ ਸਿਟੀ ਮਾਲ ਆਈ ਅਤੇ ਐਂਟਰ ਕਰਦੇ ਮੈਨੂੰ ਆਹ ਦੇਖਿਆ ਅਤੇ ਮੈਂ ਉਦੋਂ ਹੀ ਸੋਚਿਆ ਸੀ ਮੈਂ ਸ਼ਿਵਮ ਵਾਸਤੇ ਬੁੱਕੇ ਲਊਂਗੀ ਜਦੋਂ ਆ ਹੋਏ 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 ਇੱਥੇ ਬਹੁਤ ਸੂਰਜਮੁਖੀ ਦਾ ਫੁੱਲ ਲੈ ਜਾ ਜਿਹੋ ਜਿਹੀ ਸ਼ਕਲ ਆ ਸੂਰਜਮੁਖੀ ਸੋਹਣਾ ਲੱਗੂਗਾ ਬੁੱਕੇ ਦੇ ਪੈਸੇ ਫੁੱਕੀ ਦੇ ਸੋਹਣੇ ਆ ਯਾਰ ਉਹ ਵੇਖੋ ਕਿੰਨਾ ਸੋਹਣਾ ਪੈਸਾ ਹੈ ਹੀ ਵਧੋ ਓ ਲਾ ਲਾ ਟੈਡੀ ਕਿੰਨਾ ਸੋਹਣਾ ਓਏ ਹੋ ਰੂਮ 'ਚ ਬਹੁਤ ਸਾਰੇ ਟੈਡੀ ਹੋ ਮੈਂ ਪਹਿਲਾਂ ਕਿਹਾ ਸੀ ਬਹੁਤ ਟੈਡੀ ਹੋ ਗਏ ਔਰ ਟੈਂਟ ਟੁੰਟ ਲਵਾ ਹਲਵਾਈ ਲਵਾ ਕੋਈ ਬੁੱਕੇ ਕੀ ਕਰਨਾ ਸ਼ਿਵਮ ਆਖੋ ਕੀ ਕਰਨਾ ਸੀ ਬੁੱਕੇ ਯਾਰ ਆਹ ਕੌਣ ਖੜਾ ਸ਼ਿਵਮ ਮਰਗਾ ਪਰਸ਼ੋਤਮ ਖੜਾ ਮੈਂ ਲੱਗਦਾ ਪਾਸਤਾ ਲੈਣਾ ਇੱਕ ਲੱਲੀ ਆਈ ਲਵ ਯੂ ਵਾਲਾ ਇਹ ਦਿੰਦੇ ਆ ਕਿ ਇਹਨਾਂ ਨੇ ਆ ਜਾਓ ਸਾਡੇ ਕਾਲਜ ਤੇ ਅੱਛਾ ਪੁੱਛ ਲੈਨੇ ਆ ਹਨਾ ਆ ਜਾਓ ਯਾਰ ਆ ਵੇਖੋ ਆ ਵੇਖੋ ਕਿ ਤੇਰੇ ਪਹਿਲਾਂ ਉਹ ਵੇਖੋ ਵੇਖੋ ਅੱਛਾ ਦੇਖੀ ਨਾ ਅੱਖਾਂ ਬੰਦ ਕਰ ਲੈ ਬਹੁਤ ਸਾਰੇ ਇਕੱਠੇ ਹੋ ਗਏ ਨਾ ਸਹੀ ਗੱਲ ਹੈ ਨਾਲ ਵਾਲੀ ਕੁੜੀ ਪਿਆਰਾ ਲੱਗ ਰਿਹਾ ਵਾਈਟ ਜਿਹਾ ਕਿੰਨਾ ਕਿਊਟ ਆ ਹੂੰ ਹੂੰ
ਨਹੀਂ ਕਿਉਂ ਉੱਠੀ ਮੈਂ ਛੱਡੋ ਪਰ ਹੈ ਨਹੀਂ ਯਾਰ ਸਮਝ ਨਹੀਂ ਆਉਂਦੀ ਟੈਡੀ ਲੈਣ ਦਾ ਰੀਜ਼ਨ ਕੀ ਆ ਮਤਲਬ ਜੇ ਬੰਦੇ ਨੇ ਜੱਫੀ ਪਾ ਕੇ ਵੀ ਸੋਣਾ ਇੱਕ ਅੱਧਾ ਦੋ ਨਿੱਕੇ ਨਿੱਕੇ ਲੈ ਰੱਖੀ ਹੈ ਉਹ ਕੀ ਪਹਿਲਾਂ ਵਿਛਾਉਣੀ ਹੈ ਬੈੱਡ 'ਤੇ ਫਿਰ ਉੱਤੇ ਪੈਂਦੀ ਹੈ ਮਤਲਬ ਗੱਦਾ ਸਹੀ ਨਹੀਂ ਤੁਹਾਡਾ ਮੈਟਰ ਸਹੀ ਨਹੀਂ ਦਵਾਇਆ ਵੰਸ਼ੂ ਨੇ ਮਤਲਬ ਰੀਜ਼ਨ ਕੀ ਹੈ ਸਾਡੇ ਵਰਗਾ ਕਹਿ ਹੁੰਦਾ ਯਾਰ ਆਹ ਸ਼ੀਟ ਲੈ ਲਓ ਇਹ ਰੋਟੀ ਧਰਕੇ ਖਾਇਆ ਕਰਾਂਗੇ ਵਧੀਆ ਚੋਲਾਂ ਡੁੱਲਣਗੇ ਉਹ ਆਹ ਬੋਰਡ ਰੱਖ ਲਾ ਪਾਣੀ ਦੇ ਗਲਾਸ ਟਿੱਕ ਜਿਹਾ ਕਰਨਗੇ ਮਤਲਬ ਹੁੰਦੀਆਂ ਚੀਜ਼ਾਂ ਫਰਕ ਆ ਸੋਚ 'ਚ ਟੈਡੀ ਇੱਥੇ ਪਿਆ ਕੋਈ ਇੱਕ ਪਿਆ ਹੁੰਦਾ ਉਹ ਵੀ ਚਪੇੜ ਮਾਰੇ ਪਤਾ ਨਹੀਂ ਕਿੱਥੇ ਘਰ ਰੱਖਿਆ ਦੱਸ ਡੈਕੋਰੇਸ਼ਨ ਲਈ ਨਾ ਇੱਕ ਅੱਧੀ ਚੱਲਦੀ ਆ ਆਹ ਲੈਣਾ 'ਚ ਟੈਡੀ ਰੱਖੇ ਹੋਏ ਜਿਵੇਂ ਜਵਾਕਾਂ ਦੀ ਕ੍ਰੱਚ ਨਹੀਂ ਖੁੱਲੀ ਹੁੰਦੀਆਂ ਨੇ ਆਪਦਾ ਟੈਡੀ ਪਤਾ ਨਹੀਂ ਕਦੋਂ ਆਊਗਾ ਜੀ ਮਤਲਬ ਇੱਕ ਤਾਂ ਪਹੁੰਚ ਗਿਆ ਦੂਜਾ ਪਸੰਦ ਆਏ ਤੇ ਉਹ ਖੁਦ ਵੀ ਬਣਾ ਕੇ ਦੇ ਦਿੰਦੇ ਆ ਜਿੱਦਾਂ ਦਾ ਸਾਨੂੰ ਚਾਹੀਦਾ ਅੱਛਾ ਮੈਂ ਰੋਜ਼ਿਸ ਵਾਲਾ ਲੈਣਾ ਮੈਨੂੰ ਉਸ ਆਹ ਵਾਲਾ ਸੋਹਣਾ ਲੱਗ ਰਿਹਾ ਲੈ ਦਿਸ ਵਨ ਸੋ ਆਪਾਂ ਕੀ ਕਰਵਾਉਣ ਲੱਗੇ ਰੈੱਡ ਐਂਡ ਪਿੰਕ ਰੋਜ਼ਿਸ ਦਾ ਮਿਕਸ ਨਾਲ ਕਰਵਾਉਣ ਲੱਗੇ ਆ ਇੱਕ ਪਤਾ ਕੀ ਹੈ ਜੇ ਸ਼ਿਵਮ ਇੱਥੇ ਹੋਵੇ ਤੂੰ ਆਉਂਦੀ ਹੋਵੇਂ ਰੈੱਡ ਅਤੇ ਪਿੰਕ ਰੋਜ਼ਿਸ ਦਾ ਕਰਾਵੇ ਕੋਂਬੋ ਭਾਵੇਂ ਪੀਲਾ ਪਵਾ ਲੇ ਫਿਰ ਤਾਂ ਸ਼ਿਵਮ ਨੂੰ ਵੀ ਰੈੱਡ ਪਸੰਦ ਆ ਚਲੋ ਰੈੱਡ ਰੋਜ਼ਿਸ ਨਹੀਂ ਰੈੱਡ ਐਂਡ ਪਿੰਕ ਮਿਕਸ ਮੈਚ ਸੋਹਣਾ ਲੱਗੂਗਾ ਸ਼ਿਵਮ ਵਾਸਤੇ ਫੁੱਲ ਯਾਰ ਹਾਏ ਰੱਬਾ ਮੇਰੇ ਕੋਈ ਭਟੂਰੇ ਲੈ ਜਾ ਉਹਦੇ ਵਾਸਤੇ ਨਾਨ ਦੀ ਪਲੇਟ ਲੈ ਜਾ ਇਹਨੂੰ ਮੈਂ ਚੱਕ ਕੇ ਲੈ ਜਾਣਾ ਪਰ ਨਾ ਚੱਕਣਾ ਨੀਗਾ ਆਹ ਨਿਆਣੇ ਕਿੰਨੇ ਸੋਹਣੇ ਆ ਕਿਹੜੇ ਨਿਆਣੇ ਆਹ ਵੇਖੋ ਨਿਆਣੇ ਹਨਾ ਕਿਊਟ ਜੇ ਲੈ ਲੁੱਟੀ ਕਿੱਥੇ ਜਾਣਾ ਜੱਫੀ ਤੁਹਾਡੀ ਫੇਰ 3-4 ਲੱਖ ਨੂੰ ਜਾਊਗੀ ਲੈ ਲੁੱਟੀ ਜਾਣਾ ਮੈਂ ਕਹਿੰਦਾ ਤੂੰ ਭਾਵੇਂ ਬੁੱਕਿਆਂ ਦੀ ਦੁਕਾਨ ਕਰ ਲੈ ਮੈਨੂੰ ਕੀ ਪਤਾ ਨੀ ਆਰਡਰ ਕਰ ਦਿੰਦੇ ਆ ਬਣਾ ਕੇ ਪਰ ਵਲੌਗਰਾਂ ਨੂੰ ਇੰਨੀ ਕਮਾਈ ਨਹੀਂ ਹੁੰਦੀ ਜਿੰਨੀ ਬਾਕੀਆਂ ਨੂੰ ਹੁੰਦੀ ਆਰਪੀਐਮ ਘੱਟ ਹੁੰਦਾ ਇਹਨਾਂ ਦਾ ਉਧਰ ਮੇਰਾ ਬੰਦਾ ਸੀਪੀਐਮ It's very beautiful. Yaar, sahi hai na kaha na? 54. So, $5 more for that wrapping. You can do the wrapping. Oh. Yeah. You can do the wrapping. Okay. Okay, done. Kya the siddha yaar, appi kar do. You can do the wrapping. Oh, brand. Jode IELTS cha word sikhna sa. Eh, hoji English ta main bhi bol sakda. You can do the wrapping. ओके कंटिन्यू स्टिल कंटिन्यू ओके ता मेरा मरी दे 54 तेरा पला बनया शिवम तो कढ़ा लेने आंदी ने ए वाली रैपिंग हैगी है ए ते कहंदे $5 एक्स्ट्रा लगनगे चलो मैं क्या $5 या करवा लेने थोड़ा सोना लगूगा ओदा इन्होंने ट्रांसपेरेंट वाले च रैप करना सीगा ओदा एदे च ज्यादा बढ़िया लगूगा $54 ਦਾ ਬਣਿਆ ਬੁੱਕੇ ਤੇਰਾ ਪਲਾ ਹੋ ਜੀ ਹੀਲੀਅਮ ਬਲੂਨ ਕੈਨੇਡਾ ਵਾਲਿਆਂ ਨੂੰ ਵੈਸੇ ਹੋਰ ਕੁਛ ਆਵੇ ਨਾ ਆਵੇ 6 ਨਾਲ ਗੁਣਾ ਕਰਨੀ ਜ਼ਰੂਰ ਆਉਂਦੀ ਹੈ 60 ਨਹੀਂ ਕਰੀ ਜਾਣਗੇ ਮਹਿੰਗਾ ਹੋਊਗਾ ਗਾਪਣਾ ਮਾਰ ਕਿਉਂਕਿ ਮੈਂ ਡੈਕੋਰੇਸ਼ਨ ਦਾ ਬਹੁਤ ਸਾਰਾ ਸਮਾਨ ਲਿੱਤਾ ਸੋ ਆਈ ਥਿੰਕ ਕਿ ਇਹਦੀ ਨੀਡ ਨਹੀਂ ਆ ਆਪਾਂ ਰਹਿਣ ਦਿੰਦੇ ਆ ਬਾਕੀ ਪਹਿਲਾਂ ਉਹ ਬਣ ਜੇ ਫਿਰ ਦੇਖਦੇ ਆ ਮਨ ਬਣਿਆ ਤੇ ਇਹ ਵੀ ਲੈ ਲਾਂਗੇ ਅੱਛਾ ਯਾ ਹੀ ਇਸ ਕਮਿੰਗ ਫਰਸਟ ਟਾਈਮ ਟੂ ਕੈਨੇਡਾ ਵੀ ਆਰ ਕੈਨੇਡਾ ਯਾ ਹੀ ਇਸ ਕਮਿੰਗ ਟੂ ਫਰਸਟ ਟਾਈਮ ਹੋਰ ਕੀ ਅਮਰੀਕਾ ਜਾਊਗਾ ਉਹ ਬੁੱਕੇ ਤੂੰ ਕੈਨੇਡਾ ਚ ਤਿਆਰ ਕਰਨੇ ਕੈਨੇਡਾ ਹੀ ਆ ਜਾਂਦਾ ਨਾ ਬੰਦਾ ਇੱਕ ਤਾਂ ਨਾ ਜਦੋਂ ਕਾਪੀ 'ਚ ਪੜ੍ਹ ਕੇ ਰੱਟਾ ਮਾਰਨ ਵਾਲੀ ਲੈਣਾ ਉਵੇਂ ਚਿੱਪ ਜਾਂਦੇ ਹੀ ਫਸਟ ਟਾਈਮ ਇਨ ਕੈਨੇਡਾ ਉਹ ਪਹਿਲਾਂ ਕਿਹੜਾ ਇੱਥੇ ਤੜਕੇ ਲੱਗ ਗਿਆ ਸੀਗਾ ਫਸਟ ਟਾਈਮ ਇਨ ਕੈਨੇਡਾ ਓ ਮਾਈ ਗਾਡ ਯਾ ਆਵਰ ਫਸਟ ਡੇ ਇਨ ਕੈਨੇਡਾ ਸੋ ਬੁੱਕੇ ਇੱਕ ਬਾਰੇ ਗੁਰੇ ਲਾ ਕੇ ਟੈਂਟ ਲਾ ਕੇ ਪੂਰਾ ਤਿਆਰ ਕਰ ਦਿਆਂਗੇ ਯੇ ਬਾਤ ਆਫਟਰ 6 ਮੰਥ ਉਹਨੂੰ ਆਇਆ 60 ਸਾਲਾਂ ਬਾਅਦ ਆਈ ਜਾਂਦਾ ਓਕੇ ਓ ਸੋ ਆਈ ਵਿਲ ਪੁੱਟ ਇਨ ਦ ਫ੍ਰਿਜ ਇਨ ਦ ਸਟੈਂਡਿੰਗ ਪੋਜੀਸ਼ਨ ਇਟ ਵਿਲ ਬੀ ਗੁੱਡ ਯਾ ਯਾ ਇਟ ਵਿਲ ਬੀ ਗੁੱਡ ਓਕੇ ਬਸ ਠੀਕ ਹੈ ਫ੍ਰਿਜ 'ਚ ਰੱਖ ਦਾਂਗੇ ਫਿਰ ਉਹਨਾਂ ਨੇ ਟੋਟਕਾ ਵੀ ਦੱਸਤਾ ਕਿ ਫਰੈਸ਼ ਰਹੇ ਓਏ ਟੋਟਕਾ ਨਹੀਂ ਹੁੰਦਾ ਤਰੀਕਾ ਹੁੰਦਾ ਟੋਟਕਾ ਹੋਰ ਹੁੰਦਾ ਹੈ ਟੋਟਕਾ ਦੱਸਤਾ ਇਟ ਵਿਲ ਬੀ ਗੁੱਡ ਇਹ ਨਾ ਉਹਨੇ ਪਾਣੀ ਲਾ ਕੇ ਦੇਤਾ ਸ਼ਾਮ ਨੂੰ ਇਹ ਨਾ ਹੋਵੇ ਸਵੇਰ ਨੂੰ ਉੱਠ ਕੇ ਤੇ ਤੋਰੀਆਂ ਲੱਗੀਆਂ ਪਈਆਂ ਹੁਣ ਫ੍ਰਿਜ 'ਚ ਰੱਖ ਲਓ ਭਾਈ ਚਲੋ ਪਾਣੀ ਵੀ ਪਾਤਾ ਨਾ ਵਿੱਚ ਚਲੋ ਇਟਸ ਲੁਕਿੰਗ ਵੈਰੀ ਪ੍ਰੀਟੀ ਇਟਸ ਲੁਕਿੰਗ ਵੈਰੀ ਪ੍ਰੀਟੀ ਹੀ
ही इज फर्स्ट टाइम कमिंग इन कनाडा. थैंक यू आल्सो वेलकम. ये तो उस हिसाब है कोई ना सीख जाएंगे नवे नवे आए पंजाब तो हौली तरक्का करेगा. यार आ रही है कि तू भी आई है. सो आई डोंट लुक लाइक मैरिड. नो बट यू टोल्ड मी पिक अप द हस्बैंड सो दैट्स व्हाई आई नो बट आई ये रीलां वाले है ना जेडे ये छेती ब्याह हो जाता है इनू दस दी इंग्लिश च कि साढ़े ना की कहां हूं मैं बस ग्रह ही थोड़े जे ढिले हो जाते हैं वो ग्रह नू खिच के जल्दी दी फिर ब्याह कर दिता जाता साडा क्या कनाडा ही अद्धा रीजन था. Can I pay now? Yes, sorry. It's very hard for me. Very hard. Oh my God. Too much hard. Very hard for me. ਇਹ ਤਾਂ ਕਹਿੰਦੀ ਮੈਂ ਮਿੰਤਾ ਮੁੰਤਾ ਹੀ ਕਰਦਾ ਵਲੋਗਰ ਦੱਸਦਾ ਤੇ ਮੈਨੂੰ ਫ੍ਰੀ 'ਚ ਮਿਲ ਜੇ. Very hard for me. ਜਿਸ ਹਿਸਾਬ ਦੇ ਤੁਹਾਡੇ ਵਲੋਗ ਆ ਮੈਂ ਕਹਿੰਦਾ ਬੁੱਕਿਆਂ ਦੀ ਦੁਕਾਨ ਖੋਲ ਲਾ ਭੋਰ ਨਹੀਂ ਤਾਂ ਗੋਬਿੰਦਾ ਸਰਦਾਰ ਭੋਰ ਦਾ ਦੂਜੀ ਤੁਸੀਂ ਭੋਰ ਦਿਓ. ਕਿੰਨਾ ਸੋਹਣਾ ਲੱਗਦਾ ਪਿਆ ਨਾ. ਆ ਵੀ ਮੈਂ ਲਵਾ ਲਿਆ. ਚਲੋ ਚਲੋ ਹੁਣ ਆਪਾਂ ਚੱਲਦੇ ਆ ਘਰੇ. ਫੱਕ ਆਗ ਕਰੀ ਜਾਂਦੀ ਹੈ ਇਹਨੇ ਨੱਕ ਕੱਟੇ ਕਿਤੇ ਹੁਣ ਆਪਾਂ ਆਏ ਆ. ਅੱਛਾ ਤਿਆਰੀਆਂ ਆਉਣਾ ਸ਼ਿਵਮ ਨੇ ਤਿਆਰ ਇਹ ਹੋਈ ਜਾਂਦੀ ਹੈ. ਇਹ ਤਾਂ ਐਂ ਤਿਆਰ ਹੋਈ ਜਾਂਦੀ ਪਹਿਲੀ ਇੰਗੇਜਮੈਂਟ ਨਹੀਂ ਹੁੰਦੀ ਵੀ ਜਾ ਕੇ ਕਿਤੇ ਮੁੰਡਾ ਦਿਖਾਈ ਚੱਲਦੀ ਹੁੰਦੀ ਜਿਵੇਂ ਉਹ ਹਿਸਾਬ ਹੋਊਗਾ. ਕਰਲਸ ਵੀ ਪਵਾਉਣੇ ਆ, ਥਰੈਡਿੰਗ ਵੀ ਕਰਾ ਲਈ, ਬੁੱਕ ਆਇਓ ਰੱਬਾ ਮੇਰੇ ਆ. ਚਲੋ ਹੈਲੋ ਦੀਦੀ, ਅੱਜ ਦੀਦੀ ਨਿਊ ਲੱਗ ਗਈ ਆ, ਦੀਦੀ ਨੇ ਵਾਲ ਕਲਰ ਕਰਾਇਆ ਹਾਈਲਾਈਟਸ ਤੇ ਦੀਦੀ ਮੈਂ ਪਹਿਲਾਂ ਬੰਚੂ ਛੱਡਿਆ ਹੁਣ ਇਹਨੇ ਦੀਦੀ ਛੱਡ ਦੇਣੀ ਹੈ ਜਿੱਦੇ ਸ਼ਿਵਮ ਆ ਗਿਆ. ਦੀਦੀ ਨੇ ਵਾਲ ਰੰਗ ਕਰਾਇਆ ਡੈਕੋਰੇਸ਼ਨ ਕਰਵਾਉਣ ਸਮਾਨ ਆ ਤੇਰਾ ਭਲਾ ਹੋ ਜੇ. ਮੈਂ ਸੁਣਿਆ ਡੈਕੋਰੇਸ਼ਨ ਵਾਲਾ ਕੰਮ ਵੀ ਵਧੀਆ ਚੱਲਦਾ, ਤੂੰ ਉਹੀ ਕਰ ਲਾ. ਸ਼ਿਵਮ ਤੇ ਤੁਸੀਂ ਦੋਨੇ ਡੈਕੋਰੇਸ਼ਨ ਕਰਨ ਜਾਇਆ ਕਰੋ ਲੋਕਾਂ ਦੇ ਬਰਥਡੇਆਂ ਤੇ. ਇੰਨਾ ਸਮਾਨ ਡੈਕੋਰੇਸ਼ਨ ਦਾ ਕਮਾਲ ਹੋ ਗਈ ਯਾਰ. ਇੰਨਾ ਤਾਂ ਜਿਹੜੇ ਡੈਕੋਰੇਸ਼ਨ ਕਰਦੇ ਉਹਨਾਂ ਕੋਲ ਵੀ ਨਹੀਂ ਹੁੰਦਾ. ਲਾ ਯਾਰ ਜਲਦੀ ਇਹਨੂੰ. ਅੱਛਾ ਚੁੰਡੀਆਂ ਲਾਤੀਆਂ ਰੱਸੀ ਤਾਂ ਗੱਟੇ ਬੰਨਣ ਵਾਲੀ ਲਿਆਉਂਦੀ ਤੁਸੀਂ. ਆ ਸੇਬੀ ਨਹੀਂ ਹੁੰਦੀ ਜਿਹੜੀ ਪੁਰਾਣੀ ਆਉਂਦੀ ਸੀ ਆਪਣੇ, ਹੁਣ ਤਾਂ ਸੇਬੀ ਵੀ ਨਹੀਂ, ਫਿਰ ਪਲਾਸਟਿਕ ਰੱਸਾ ਆਉਂਦਾ ਆਪਣੇ. ਸੇਬੀ ਕਿੱਥੇ ਆਈ ਜਾਂਦੀ ਹੈ ਕੈਨੇਡਾ 'ਚ? ਤਾਂ ਹੀ ਆਹ ਮਾਲ ਇੱਧਰ ਕਿਉਂ ਨਹੀਂ ਵਿਕਦਾ, ਉੱਧਰ ਵਿਕੀ ਜਾਂਦਾ ਕਿ? ਚਲੋ ਨਾਜੁਕ ਹੀ ਹੈ ਫਿਰ, ਸ਼ੀਨ ਤੋਂ ਆਇਆ ਨਾ ਸਮਾਨ. ਸਸਤੇ ਸਮਾਨ ਇੱਦਾਂ ਦੇ ਹੁੰਦੇ ਆ. ਫੋਟੋਆਂ ਹੀ ਨਾ ਡਿੱਗਦੀਆਂ ਫਿਰਨ ਯਾਰ. ਸ਼ੌਂਕ ਹੁੰਦੇ ਲੋਕਾਂ ਨੂੰ ਘੋੜੀਆਂ ਕਾਰਾਂ ਜੀਪ, ਆਹ ਕਿਹੜੇ ਸ਼ੌਂਕ ਆ? ਟੈਡੀ ਇਕੱਠੇ ਕਰਕੇ ਕੰਧ 'ਚ ਟੰਗ ਰੱਖੇ ਝੁੰਡ 'ਚ, ਉਹ ਭਰਾਵਾ ਉਹ ਵੀ ਉਹਦੇ 'ਚ ਝੂਟੇ ਲੈਣ ਵਾਲੇ 'ਚ. ਚਲੋ ਇਹ ਕੀ ਬੀਚ ਤੇ ਜਾ ਕੇ ਆਏ ਆ? ਜਿਹਦੇ ਘਰੇ ਤੂੰ ਰਹਿੰਦੀ ਮੰਨ ਲੈ 1% ਉਹਨੇ ਤੇਰਾ ਕਮਰਾ ਵੇਖਣ ਆ ਗਿਆ, ਉਹਨੇ ਕਹਿਣਾ ਹਾਂ ਕੀ ਮੈਂ ਤਾਂ ਕਮਰਾ ਦਿੱਤਾ, ਚਿੜੀਆ ਘਰ ਕਿੱਥੋਂ ਬਣਾ ਰੱਖਿਆ? ਇੰਨਾ ਜਾਨਵਰ ਜੂ ਜੰਤੂ, ਆਪ ਘੋੜਾ ਕਿੱਦਾਂ ਬੈਠਾ ਪਾਂਡਾ ਜੀ? ਮੇਰਾ ਸ਼ਿਵਮ ਹੈ ਤਾਂ ਇਹਦੇ ਕਰਕੇ ਤਾਂ ਬਾਕੀ ਟੈਡੀ ਲਿੱਤੇ ਸੀ, ਹੁਣ ਮੈਂ ਬਾਕੀ ਟੈਡੀ ਛੱਡਤੇ. ਝੂਟਾ ਸ਼ਿਵਮ ਐਂਜਲ ਭਰਾਵਾ, ਇਹ ਕੰਧਾਂ ਇਸ ਕੰਮ ਨੂੰ ਹੁੰਦੀਆਂ? ਮੈਨੂੰ ਤਾਂ ਉਹਨੂੰ ਪਤਾ ਲੱਗਿਆ ਐਵੇਂ, ਮੈਂ ਤਾਂ ਪਲੇ ਬਟਨ ਟੰਗ ਕੇ ਸਾਰੀ ਬੈਠਾ. ਮੈਂ ਵੀ ਚੁੰਡ 'ਚ ਪਾਂਡੇ ਟੰਗ ਕੇ ਪਾ ਦੇਣੇ ਆ ਬਸ, ਜੇ ਨਾ ਮੇਰੇ ਉਹਨਾਂ ਨੂੰ ਵਿਖਾਉਣ ਤੋਂ ਬਾਅਦ ਵਲੌਗ ਨੂੰ ਵੀ ਇਕੱਲੇ ਇਕੱਲੇ ਛਿੱਤਰ ਫੇਰਾਂ ਹਾਂ ਮੈਂ. ਹਾਂਜੀ
ਅੱਛਾ ਹਲੇ ਫਿਲਹਾਲ ਆਪਾਂ ਇੱਦਾਂ ਹੀ ਟਿਕਾਇਆ ਫੋਟੋ ਸੈੱਟ ਕਰਨੀਆਂ ਫੋਟੋਆਂ ਤਾਂ ਕਢਾ ਲੈਣੀ ਥੱਲੇ ਚਿੱਟਾ ਕਾਹ ਤੋਂ ਲਾਇਆ ਇੱਥੇ ਕੀ ਨਾਂ ਲਿਖਣਾ ਵੀ ਕੌਣ ਇਹ ਸਕੂਲ ਕਾਲਜ ਟਾਈਮ ਦੀਆਂ ਇੰਗੇਜਮੈਂਟ ਦੀਆਂ ਮੈਂ ਵੇਖਿਆ ਇੱਕ ਟਾਈਮ 'ਤੇ ਇਹੀ ਹਜੇ ਤੱਕ ਕੱਢੇ ਆ ਬਾਕੀ ਜਿੰਨੇ ਇੰਗੇਜਮੈਂਟਾਂ 'ਚ ਰੋਏ ਆ ਅਤੇ ਛਾਤੀਆਂ 'ਤੇ ਨਾਂ ਲਿਖਾਏ ਆ ਕਿਤੇ ਵੀ ਨਾਂ ਲਿਖਾਏ ਆ ਸਾਰੇ ਹੁਣ ਤੱਕ ਤਾਂ ਬੇੜਾ ਗਰਕ ਹੀ ਹੋਇਆ ਇਕੱਲਾ ਇਹੀ ਬਚਿਆ ਤੂੰ ਨੂਨ ਕਰਾ ਲਈ ਜਦੋਂ ਆਇਆ ਹੋਰ ਕਿਤੇ ਚਲੋ ਸਗਨ ਸਗਨ ਓ ਮਾਈ ਗੋਡ ਯੂ ਕੈਨ ਰੈਪ ਇਟ ਨਾਓ ਸਗਨ ਯਾ ਆਫ ਕੋਰਸ ਹੀ ਇਜ਼ ਕਮਿੰਗ ਫਸਟ ਟਾਈਮ ਇਨ ਕੈਨੇਡਾ ਸਗਨ ਚਲੋ ਹੁਣ ਤੇਰਾ ਦੁਬਾਰਾ ਸਗਨ ਹੋ ਗਿਆ ਲੱਗ ਰਹੀਆਂ ਅੱਛਾ ਇੱਥੇ ਲਾਈਟਸ ਜਿਹਾ ਲਾ ਫਸਟ ਵੀਡੀਓ ਕਾਲ ਹੋ ਹੋ ਇੱਕ ਮੇਖ ਉੱਚੀ ਲਾਤੀ ਇੱਕ ਨੀਵੀਂ ਲਾਤੀ ਚਲੋ ਕੋਈ ਗੱਲ ਨਹੀਂ ਤਾਂ ਅੱਗੇ ਮੇਰਾ ਕਮਰਾ ਭਰਿਆ ਪਿਆ ਇਧਰੋਂ ਵੀ ਉਧਰੋਂ ਵੀ ਉਪਰਾ ਵਾ ਵਾਕੀ ਚਿੜੀਆ ਘਰ ਆਏ ਤਾਂ ਯਾਰ ਵੈਲਕਮ ਦਾ ਬੋਰਡ ਤੋਂ ਉੱਥੇ ਲੈ ਜਾਈਏ ਇਹਦੇ ਚ ਗੈਸ ਭਰਾ ਲੈਣੀ ਸੀ ਲੈ ਜਾਣਾ ਸੀ 에ਅਰਪੋਰਟ ਤੇ ਹਨਾ ਚਲੋ ਲੜੀਆਂ ਵੀ ਲੱਗ ਗਈਆਂ ਆ ਡੱਬੀ ਜੀ ਇਹਨੂੰ ਤੇ ਆਪਾਂ ਲਾ ਦਿੰਦੇ ਡਬਲ ਸਾਈਡਡ ਟੇਪ ਨਾਲ ਲਾ ਦਾਂਗੇ ਤੇ ਅੱਗੋਂ ਦੀ ਆ ਸਟਾਰਟ ਕਰ ਦਈਏ ਫਿਰ ਲੈ ਹਨਾ ਪਰਵਾ ਨੀਵੇਂ ਤੇ ਸੋਹਣੀ ਲੱਗੂਗੀ ਨਰੇਜ ਉਹ ਲਾਈਟ ਵਾਈਟ ਜੀ ਏ ਪਰਵਾ ਬਖਸ਼ ਦੇ ਨਹੀਂ ਕਿਸੇ ਨੂੰ ਯਾਰ ਮੇਰਾ ਤੇ ਕਮਰਾ ਸੋਹਣਾ ਹੋਣ ਜਾ ਵੇਖਿਆ ਓਏ ਹੋਏ 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 ਤੂੰ ਰੋਪਾ ਲਾ ਲਾ ਥੋੜਾ ਜਿਹਾ ਲਾਵਾ ਲਾ ਵੀ ਲਾਤਾ ਕਮਾਲ ਦੀ ਗੱਲ ਐ ਲਾਉਣ ਦੀ ਕੀ ਲੋੜ ਪਈ ਸੀ ਦੱਸ ਚੂੜਾ ਪਾ ਲੈਣੇ ਆ ਉਦੋਂ ਤਾਂ ਟਿਮ ਤੇ ਪਾਣ ਨਹੀਂ ਦਿੰਦੇ ਇਹ ਤਾਂ ਬਾਨ ਨਹੀਂ ਐ ਕਿਉਂ ਟਿਮ ਵਾਲੇ ਕਿਉਂ ਨਹੀਂ ਪਾਉਂਦੇ ਉੱਥੇ ਇੱਕ ਬਰਗਰ ਫਸ ਜਾਂਦੇ ਟਿੱਕੀਆਂ ਫਸ ਜਾਂਦੀਆਂ ਇਹਦੇ ਚ ਆਂ ਕਰਕੇ ਕੱਢ ਦਿੰਦੀ ਐ ਹੁੰਦਾ ਹੋਣਾ ਕੋਈ ਜੌਬ ਤੇ ਯਾਰ ਨਹੀਂ ਪਾਉਣ ਦਿੰਦੇ ਹੋਣੇ ਚੱਲ ਸ਼ੁਕਰਾਨ ਨੂੰ ਟਾਈਮ ਮਿਲਿਆ ਪਰ ਉਹੀ ਗੱਲ ਇੱਕ ਪੁਆਇੰਟ ਚੰਗਾ ਵੀ ਸੱਦ ਲਿਆ ਸਿੱਟਿਆ ਤਾਂ ਨਹੀਂ ਜਿਹੜੀਆਂ ਸੱਦਦੇ ਆ ਪਤਾ ਨਹੀਂ ਯਾਰ ਕੈਨੇਡਾ ਦੀ ਕਿਹੜੀ ਹਵਾ ਲੱਗ ਜਾਂਦੀ ਹੈ ਵੈਸੇ ਇਹਨਾਂ ਨੂੰ ਵੀ ਲੱਗੀ ਹੈ ਪਰ ਇਹਨਾਂ ਨੂੰ ਫੁਕਰੀ ਮਾਰਨ ਦੀ ਲੱਗੀ ਆ ਹਰ ਵੈਸੇ ਰੀਲਾਂ ਵੇਖਣ ਵਾਲੀਆਂ ਤਾਂ ਹਰ ਰੀਲ 'ਚ ਹੀ ਮਿਰਚਾਂ ਵੰਡੀ ਜਾਂਦੀ ਲਾਲ ਇਹ ਓਏ ਹੋਏ ਹੋਏ ਰਿਸ਼ਤੇਦਾਰਾਂ ਨੇ ਵੰਡਦੀ ਆ ਸਾਨੂੰ ਤਾਂ ਕੀ ਕਰਨੀਆਂ ਬੜਾ ਕੇ ਨੇ ਅੱਛਾ ਫਾਈਨਲੀ ਦੀਦੀ ਤੇ ਮੈਂ ਸਪੈਸ਼ਲ ਨੂੰ ਕੀ ਤੇਰੀ ਇੰਗੇਜਮੈਂਟ ਆ ਕੱਲ ਨੂੰ ਸਪੈਸ਼ਲ ਕਿਹੜਾ ਸਪੈਸ਼ਲ ਡੇ ਆ ਭਰਾਵਾ ਇਹ ਤਾਂ ਇੰਨੀ ਕੁ ਚੀਜ਼ ਲੈ ਕੇ ਨਾ ਇੰਨੀ ਬੜੀ ਦੱਸ ਦਿੰਦੇ ਵੀ 6 ਕਿਲੋ ਟੋਫੀਆਂ ਲਈਆਂ ਸੀ ਉਹ ਹਿਸਾਬ ਹੈ ਇਹਨਾਂ ਦਾ ਦਿੱਤੀ ਹੈ ਪੂਰੀ ਡੈਕੋਰੇਸ਼ਨ ਤੇ ਜ਼ਰੂਰ ਕਮੈਂਟਸ 'ਚ ਦੱਸਿਓ ਵੈਸੇ ਆਪਾਂ ਆਪਣੇ ਵੱਲੋਂ ਬੈਸਟ ਕੀਤਾ ਮੈਨੂੰ ਲੱਗਿਆ ਬਾਹਰ ਟੈਂਟ ਲਾਏਗੀ ਆਪਦਾ ਰੂਮ ਹੀ ਸਜਾਈ ਜਾਂਦੀ ਹੈ ਲਾਈਟ ਵਜਾਈ ਚਲੋ ਉਹ ਤੇਰਾ ਚਿੱਟਾ ਮੈਟ ਕਾਹ ਤੋਂ ਰੱਖਿਆ ਸ਼ਿਵਮ ਕੀ ਇੱਥੇ ਇੱਥੇ ਕੀ ਪੈਰ ਪਹੁੰਚ ਕੇ ਨਾ ਕੇ ਪੰਡਾ ਪਹੁੰਚੂਗਾ ਕਿ ਫੁੱਲ ਫੁੱਲ ਵੀ ਪਤਾ ਨਹੀਂ ਕੀ ਆ ਉਹ ਜਿਹੜੇ ਐਂ ਮਾਰ ਦਿੰਦੇ ਆਪਾਂ ਪਾਪ ਅਪ ਜਾ ਉਹ ਸਿੱਟ ਰੱਖੇ ਥੱਲੇ ਚਿੱਟੇ ਲਾਲ ਭਰਾਵਾ ਗੁਬਾਰੇ ਵੀ ਉਹ ਇੱਕ ਮਿੰਟ ਗੁਬਾਰੇ ਸਿੱਟ ਰੱਖੇ ਇੰਨੇ ਗੁਬਾਰੇ ਤਾਂ ਮੈਂ ਕਦੇ ਕਿਸੇ ਦੀ ਇੰਗੇਜਮੈਂਟ 'ਤੇ ਨਹੀਂ ਵੇਖੇ ਵੀ ਕਿਸੇ ਦੀ ਪੈਲਸ 'ਚ ਪਰ ਇੱਕ ਗੱਲ ਦੱਸ ਮੈਨੂੰ ਸ਼ਿਵਮ ਨੇ ਆਉਣਾ ਸਵੇਰੇ 7 ਵਜੇ ਹੈ ਮੋਮਬੱਤੀਆਂ ਹੋਣੇ ਕਿਉਂ ਜਗਾਤੀਆਂ ਸਵੇਰ ਤਾਂ ਹੀ ਤਾਂ ਇਹਨਾਂ ਦੀ ਮੋਮੀ ਪਿਘਰ ਜੂਗੀ ਉੱਧਰੋਂ ਸ਼ਿਵਮ ਬੁਝਿਆ ਆਊਗਾ ਉੱਧਰੋਂ ਇਹ ਬੁਝੀਆਂ ਕੰਮ ਤਾਂ ਫਿਰ ਬੁਝਿਆ ਬੁਝਿਆ ਹੀ ਰਹਿ ਜੂਗਾ ਉਹਦੀ ਇਹ ਮੇਰੇ ਸਾਹਮਣੇ ਇਲੈਕਟ੍ਰਿਕ ਹੋਣੀ ਆ ਮਤਲਬ ਮੇਰੇ ਕੋਲ ਲੱਗਾ ਨਹੀਂ ਉੱਥੇ ਬਟ ਇੱਟਾ ਕਰ ਦਿੱਤਾ ਫੋਟੋ ਸਲਾਤੀ ਤੇ ਚਿਪਿਆ ਨਹੀਂ ਨਾ ਫਿਰ ਉੱਥੇ ਲਵ ਚੈੱਕ ਕਰੋ ਤਾਂ ਕਰਕੇ ਕਿੱਦਾਂ ਦਾ ਲੱਗਦਾ ਫਰੰਟ ਤੋਂ ਪਹਿਲਾਂ ਤਾਂ ਦੱਸੋ ਬੈੱਡ ਸ਼ੀਟਸ ਓਏ ਬਹੁਤ ਵਧੀਆ ਮੰਗਾਈ ਆ ਇਸ ਵਾਰੀ ਪਿੱਲੋ ਕਵਰ ਅਲੱਗ ਤੋਂ ਬਹੁਤ ਸੋਹਣੀ ਆ ਨਾਲ ਨਹੀਂ ਆਂਦਾ ਅੱਛਾ ਐਂਡ ਜਦੋਂ ਵਧੀਆ ਚਾਦਰਾਂ ਹੁੰਦੀਆਂ ਨਾ ਉਹਦੇ ਪਿੱਲੋ ਨਾਲ ਹੁੰਦਾ ਨਾਲ ਉਹਦੇ ਗੋਲ ਸਰਾਣੇ ਵੀ ਹੁੰਦੇ ਕਈਆਂ ਦੇ ਦੋ ਤਾਂ ਜੇ 1800-2000 ਵਾਲੀ ਹੋਵੇ ਇਹ ਕਿਹੜੀ ਛੀਨ ਹੈ ਜਿਹੜੀ ਸਰਾਣੇ ਦੇ ਕਵਰ ਨਹੀਂ ਦਿੰਦੀ ਉਹ ਕੀ ਆਖਦੇ ਤੁਹਾਡੀ ਤੁਹਾਨੂੰ ਕੋਈ ਸਰਵਾਈਕਲ ਹੋਇਆ ਵੀ ਇਕੱਲੀ ਚਾਦਰ ਵਿਛਾ ਕੇ ਪਾ ਜਾਓ ਸਰਾਣਾ ਲੈਣਾ ਹੀ ਨਹੀਂ ਇਹ ਸਰਵਾਈਕਲ ਵਾਲੀਆਂ ਚਾਦਰਾਂ ਵੇਚੀ ਜਾਂਦੇ ਛੀਨ ਵਾਲੇ ਕੀ ਇਹ ਛੀਨ ਤੋਂ ਮੰਗਾਈ ਹੈ ਆਵੇ ਕੋਦੇ ਜੇ ਟੰਗੇ ਤੁਹਾਡੀ ਵਾਰੀ ਕਾਕਾ ਤੁਹਾਨੂੰ ਪੁੱਛਣਾ ਨਹੀਂ ਇਹਨੇ ਹੁਣ ਇਹਦਾ ਉਹਦਾ ਟੱਡੀ ਆ ਜਾਣਾ ਓਏ ਹੋਏ ਹੋਏ ਛੀਨ ਵਾਲਾ ਕਾਰਡ ਤਾਂ ਨਹੀਂ ਬਣਿਆ ਤੇਰਾ ਕਿਤੇ ਜਦੋਂ ਜੀ ਕਰਦੀ ਸਵਾਈਪ ਮਾਰ ਦਿੰਦੀ ਆ ਸ਼ੀਸ਼ਾ ਵੀ ਲਾ ਲਿਆ ਓਹੋ ਸ਼ੀਸ਼ਾ ਸਾਫ ਕਰਨ ਨੂੰ ਲੈ ਗਿਆ ਸ਼ੀਸ਼ਾ ਥੋੜਾ ਜਿਹਾ ਦਿੰਦਾ ਕੋਈ ਕਰ ਲਈ ਆਰਾਮ ਨਾਲ ਸ਼ਿਵਮ ਨੇ ਕਿਹੜਾ ਆਂਦੇ ਰੀਲਾਂ ਪਾਉਣ ਲੱਗ ਜਾਣਾ ਸ਼ੀਸ਼ਾ ਸਾਫ ਕਰਨ ਰਹਿ ਗਿਆ ਸੀ ਆਹੋ ਇੱਕ ਤਾਂ ਨਾ ਆਊਗਾ ਬੈਠੂਗਾ ਮੇਲ ਮਿਲਾਪ ਹੋਣਗੇ ਰੋਟੀ ਪਾਣੀ ਖਾਊਗਾ ਕੋਈ ਕੈਨੇਡਾ ਦੀ ਬਰਫਬਾਰੀ ਵੇਖੂਗਾ ਨਹੀਂ ਹੈਗੀ ਤਾਂ ਫਰਿੱਜਾਂ 'ਚ ਵੇਖ ਲਊਗਾ ਫਰਿੱਜਾਂ 'ਚ ਡੋਂਗੇ ਇਹਨਾਂ ਦੇ ਕਿਹੜਾ ਕੈਂਪਰ ਹੁੰਦੇ ਪਾਣ ਨੂੰ ਸਾਰਿਆਂ ਨੇ ਸੋਹਣਾ ਲੱਗ ਰਿਹਾ ਓਏ ਹੋਏ ਹੋਏ ਬੁਝਾ ਦੇ ਮੋਮਬੱਤੀਆਂ ਬਸ ਬਸ ਕਮਾਲ ਦੀ ਗੱਲ ਹੈ ਫਰਾਟਾ ਪੱਖਾ ਵੀ ਪਿਆ ਝੁੰਡ 'ਚ ਜੇ ਗਰਮੀ ਲੱਗੀ ਤਾਂ ਚਲਾ ਲੈਣਗੇ ਭਾਈ
ਗਰਮੀ ਲੱਗਣ ਲੱਗ ਜਾਂਦੀ ਕਈ ਵਾਰ ਰਾਤ ਨੂੰ ਨਾ ਸਫੋਕੇਸ਼ਨ ਹੋ ਜਾਂਦੀ ਹੈ ਬੇਸਮੈਂਟ 'ਚ ਓਏ ਹੋਏ ਹੋਏ ਤੇਰਾ ਪਲ ਹੋ ਜਾਂਦਾ ਬਾਹਰ ਨਾ ਕੁਛ ਰਾਜੇ ਬਾਹਰ ਵੀ ਲਾ ਦੋ ਚਲੋ ਇਹ ਵੀ ਸਾਰੀਆਂ ਭਜਾ ਦਿੰਦੀਆਂ ਸਾਰੀਆਂ ਇਲੈਕਟ੍ਰੋਨਿਕ ਹੀ ਹੈਗੀਆਂ ਹਾਂ ਇਲੈਕਟ੍ਰੋਨਿਕ ਠੀਕ ਕੋਈ ਉਹ ਵਾਲਾ ਕੰਮ ਨਹੀਂ ਹੈਗਾ ਬਸ ਇੱਕ ਬਟਨ ਦਬਾਇਆ ਸੈੱਲ ਪਈਆ ਤੇ ਆਪਾਂ ਜਗਾ ਦਿੱਤੀਆਂ ਇਹਨੇ ਪਤਾ ਕਿਉਂ ਇਹ ਬਰੀਫ 'ਚ ਦੱਸਿਆ ਇਹਦਾ ਓਨਰ ਵੀ ਇਹਦੇ ਵਲੌਗ ਵੇਖਦਾ ਹੋਣਾ ਵੀ ਕਮਰੇ 'ਚ ਕੰਧਾਂ ਕਾਲੀਆਂ ਕਰਨ ਤੋਂ ਸਵਾ ਹੋਰ ਕੀ ਕਰੀ ਜਾਂਦੇ ਉਹਨੇ ਆਖਣਾ ਫਰਸ਼ ਨਾ ਸਾੜ ਦੇ ਵੀ ਲੱਕੜ ਦਾ ਇਹ ਅੱਗ ਨਾ ਲਾ ਦੇ ਕਿਤੇ ਹੋਰ ਇਹ ਦੁਨੀਆਂ ਨੂੰ ਸਾੜਦੀ ਸਾੜਦੀ ਕਿਤੇ ਘਰ ਨੂੰ ਅੱਗ ਲਾ ਦੇ ਹੋਰ ਮੱਚ ਸਾਲੀਆਂ ਲਾ ਕੇ ਚਲੋ ਜੀ ਹੁਣ ਆਪਾਂ ਕੱਲ੍ਹ ਆਵਾਂਗੇ ਕੱਲ ਆਵਾਂਗੇ ਅੱਜ ਇੱਥੇ ਨਹੀਂ ਪੈਣਾ ਰਾਤ ਨੂੰ ਏਅਰਪੋਰਟ 'ਤੇ ਜਾ ਕੇ ਬਹਿ ਜਾਏਗੀ ਕੁਰਸੀ ਕਿੱਥੇ ਜਾਣਾ ਦੀਦੀ ਦੂਦੀ ਘਰੇ ਜਾ ਕੇ ਪਊਗੀ ਮੈਨੂੰ ਲੱਗਦਾ ਇੰਨਾ ਦੇਖ ਤਾਂ ਵਲੌਗ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਕੋਈ ਹਿਚਕੀ ਆਉਣ ਲੱਗ ਗਈ ਮੈਨੂੰ ਲੱਗਦਾ ਯਾਦ ਵੀ ਕਰਨ ਲੱਗ ਗਏ ਉਹ ਭਰਾਵਾ ਬਾਅਦ 'ਚੋਂ ਯਾਦ ਕਰਿਆ ਕਰੋ ਇਹ ਕਹਿੰਦੇ ਹੋਣੇ ਆ ਵਲੌਗ ਪੈ ਗਿਆ ਰੋਮਾਂਚਿਕ ਪ੍ਰੋਗਰਾਮ ਨਾ ਅਜੇ ਰੋਮਾਂਚਿਕ ਪ੍ਰੋਗਰਾਮ ਨਾ ਅਜੇ ਪੱਤੀ ਨਾਲ ਤਾਂ ਆਏਗੀ ਠੀਕ ਆ ਪਰ ਸਬਸਕ੍ਰਾਈਬ ਬਟਨ ਬੋਲਣ ਦਾ ਟਾਈਮ ਨਹੀਂ ਸੀ ਜਾਂ ਤਿਆਰ ਹੋਣ 'ਚ ਕਾਗਜ਼ ਨਹੀਂ ਪੁਆਏ ਕਿ ਪੈ ਗਏ ਸੀ ਭੁੱਲ ਗਈ ਦਿਖਾਉਣਾ ਛਕਲੀ ਨਹੀਂ ਵਿਖਾਈ ਉਦੋਂ ਬਾਅਦ ਤਾਂ ਚੱਲ ਕੋਈ ਗੱਲ ਨਹੀਂ ਡੈਕੋਰੇਸ਼ਨ ਹੀ ਵਿਖੀ ਗਈ ਹੈ ਵੈਸੇ ਤਾਂ ਤਿਆਰ ਹੋ ਜੂਗੀ ਬਾਏ ਬਾਏ ਵੀ ਕਰਤੀ ਟੁੰਨੇ ਕਮਾਲ ਹੈ ਵੈਸੇ ਇੰਨੀਆਂ ਤਿਆਰੀਆਂ ਕੀ ਗੱਲ 60 ਸਾਲਾਂ ਬਾਅਦ ਆਉਣ ਲੱਗਿਆ ਕੈਨੇਡਾ ਇੰਨੀਆਂ ਇੰਨੀਆਂ ਤਿਆਰੀਆਂ ਤਾਂ ਯਾਰ ਜਿਹੜਾ ਜਵਾਕ ਨਾ ਕੈਨੇਡਾ ਗਿਆ ਹੁੰਦਾ 5-7 ਸਾਲਾਂ ਬਾਅਦ ਦੱਸ ਕੇ ਵੀ ਘਰੇ ਆਵੇ ਉਹਦੇ 'ਚ ਨਹੀਂ ਹੁੰਦੀਆਂ ਇੰਨੀਆਂ ਤਿਆਰੀਆਂ ਦੋ ਪੋਪਅਪ 'ਤੇ ਕੇਕ ਹੀ ਹੁੰਦਾ ਆ ਗਿਆ ਚਲ ਠੀਕ ਆ ਵੈਲਕਮ ਸਾਡਾ ਸਮਾਨ ਕੱਢ ਜਿਹੜਾ ਹੈਗਾ ਪਰ ਇਹਦਾ ਮਾਹੀ ਕੈਨੇਡਾ ਚੱਲਿਆ ਇੰਨੀਆਂ ਤਿਆਰੀਆਂ ਤੇਰਾ ਪਲ ਹੋ ਜੇ ਸ਼ੁਕਰ ਹਜੇ ਮੰਮੀ ਪਾਪਾ ਵੀ ਆਉਣਗੇ ਮਗਰ ਉਹ ਤਾਂ ਮੈਂ ਕਹਿੰਦਾ ਪੁੱਛਣਾ ਤੂੰ ਇਹ ਫਿਰ ਸ਼ਿਵਮ ਵੀ ਤਿਆਰ ਹੋਊਗਾ ਯਾਰ ਇੰਨੇ ਚੋਚਲੇ ਸੱਚ ਯਾਰ ਇਹ ਵਲੋਗਾਂ ਦੀ ਵਲੋਗਰਾਂ ਦੀ ਜ਼ਿੰਦਗੀ 'ਚ ਹੀ ਹੈ ਮੈਂ ਕਿਸੇ ਦੇ ਆਮ ਬੰਦੇ ਜ਼ਿੰਦਗੀ 'ਚ ਐਡੇ ਚੋਚਲੇ ਨਹੀਂ ਵੇਖੇ ਚੱਲ ਬੁੱਕੇ ਤਾਂ ਚੱਲ ਯਾਰ ਲੈ ਗਏ ਪਰ ਇਹਨਾਂ ਨੇ ਇੱਕ ਚੀਜ਼ ਹੈ ਨਾ ਇਹ ਦਿਖਾਵਾ ਪ੍ਰਸਤ ਜ਼ਿੰਦਗੀ ਜਿਉਂਦੇ ਆ ਹੈ ਨਾ ਕੋਈ ਚੀਜ਼ ਹੈ ਜਿਹੜੀ ਬਿਨਾਂ ਵਿਖਾਈ ਇਹਨਾਂ ਨੇ ਕੀਤੀ ਨਹੀਂ ਦਿਖਾਉਣੀ ਪੈਂਦੀ ਨਾ ਵਿਖਾਵਾ ਸ਼ਿਵ ਲਈ ਆਹ ਦਿੱਤਾ ਸ਼ਿਵ ਨੇ ਮੈਨੂੰ ਉਹ ਭਰਾਵਾ ਚੋ ਓਕੇ ਜੀ ਬਾਏ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ ਕੱਲ੍ਹ ਨੂੰ ਪਾਉਂਦੇ ਹਾਂ ਫਿਰ ਜੱਫੀਆਂ ਪ੍ਰੋਗਰਾਮ ਦੇ ਨਾਲ ਬਾਏ ਬਾਏ ਮਿਲਦੇ ਹਾਂ ਫਿਰ ਛਿਊ ਆਊਗਾ ਹੁਣ ਨਹੀਂ ਗਰਮੀ ਲੱਗਣੀ ਕੈਨੇਡਾ 'ਚ ਉੱਦਾਂ ਨਾ ਘਬਰਾਹਟ ਹੁੰਦੀ ਸਫੋਕੇਸ਼ਨ ਹੋ ਲੈਂਦੀ ਜੀਵਨ ਵਾਲੀ ਨਹੀਂ ਹੁੰਦੀ ਨਾ ਸਫੋਕੇਸ਼ਨ ਵਾਲੇ ਰੂਮ ਦੀ ਰਾਤ ਨੂੰ ਬਾਰੀਆਂ ਖੋਲ ਦਿੰਦੀ ਆ ਉਹਨੂੰ ਐਂ ਜੀਵੋ ਉੱਡ ਕੇ ਆ ਜਾਏ ਮੇਰਾ ਆ ਜਾਊਗਾ ਕੋਈ ਨਹੀਂ ਤੇਰਾ ਵੀ ਫਿਰ ਉਹਦਾ ਵੀ ਆਪਾਂ ਤੂੰ ਵੀ ਤਿਆਰੀਆਂ ਕਰ ਲਈ ਤੂੰ ਗੁਲਾਬੀ ਘਬਾਰੇ ਲਾਈ ਲਾਲ ਚਿੱਟਣ ਲਾ ਦੇਈ ਤਿੰਨ ਵਜੇ ਕੋਪੀ ਕਾਰਡ ਆਖਾਂਗੇ ਸਬਸਕ੍ਰਾਈਬ ਕਰਕੇ ਜਾਇਓ ਚੈਨਲ ਨੂੰ ਮੈਂ ਵੀ ਘਬਾਰੇ ਘਬਾਰੇ ਲਾਵਾਂ